ਕਿਤਾਬ ਚਟਕਾ ਪ੍ਰਕਾਸ਼ ਲੇਖਕ ਗਿਆਨੀ ਨਰੰજન ਸਿੰਘ ਸਰਲ ਭਾਗ 12 ਆਵਾਜ਼ ਭਾਈ ਗੁਰਜੰਟ ਸਿੰਘ ਰੁੱਪਵਾਲੀ ਮਾਸ ਅਤੇ ਜੀ ਦਇਆ ਦੇ ਪਰਥਾਏ ਹੋਰ ਕੁਰਬਾਨੀ ਦੀਆਂ ਤੁਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਧੀਰ ਸਿੰਘ ਜੀ ਨੇ ਜੀ ਦਇਆ ਦੇ ਪਰਥਾਏ ਕੁਰਬਾਨੀ ਦੀਆਂ ਕੁਝ ਹੋਰ ਤੁਕਾਂ ਵੀ ਅੰਕਿਤ ਕੀਤੀਆਂ ਹਨ ਪਰ ਆਪ ਜਿੱਥੇ ਵੀ ਜੀ ਦਇਆ ਦਾ ਪਦ ਲਿਖਿਆ ਵੇਖ ਲੈਂਦੇ ਹਨ ਤਾਂ ਉਥੇ ਹੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੁੱਕੜੀਆਂ ਅਤੇ ਪਠੋਰੇ ਦੌੜਨ ਲੱਗ ਜਾਂਦੇ ਹਨ ਤੇ ਗੁਰੂ ਜੀ ਵਾਲੀ ਜੀ ਦਇਆ ਦਾ ਸਿਧਾਂਤ ਅਕਲ ਤੋਂ ਓਲੇ ਹੋ ਜਾਂਦਾ ਹੈ ਕਿਸੇ ਸ਼ਬਦ ਦਾ ਮੁੱਢ ਵੇਖੇ ਬਿਨਾ ਵਿੱਚੋਂ ਇੱਕ ਤੁਕ ਫੜ ਕੇ ਜੀ ਦਇਆ ਜੀ ਦਇਆ ਕਹਿ ਕੇ ਉਥਾਰੇ ਦੱਬੇ ਆਦਮੀ ਵਾਂਗੂੰ ਬਰੜਾਉਣ ਲੱਗ ਜਾਂਦੇ ਹਨ ਜਿਸ ਤਰ੍ਹਾਂ ਇੱਕ ਭੁੱਖੇ ਆਦਮੀ ਨੂੰ ਕਿਸੇ ਪੁੱਛਿਆ 10 ਭਾਈ 2 ਤੇ 2 ਕਿੰਨੇ ਹੁੰਦੇ ਹਨ ਤਾਂ ਉਹ ਅੱਗੋਂ ਬੋਲਿਆ ਚਾਰ ਰੋਟੀਆਂ ਪਰ ਉਸ ਵੇਲੇ ਉਸ ਨੂੰ ਇਹ ਨਾ ਸੁਝਿਆ ਕਿ 2 ਤੇ 2 4 ਕਈ ਹੋਰ ਚੀਜ਼ਾਂ ਵੀ ਹੋ ਸਕਦੀਆਂ ਹਨ ਇਸ ਲਈ ਚਾਰ ਆਖਣਾ ਹੀ ਸਵਾਲ ਦਾ ਪੂਰਾ ਜਵਾਬ ਹੈ ਇਹੋ ਹਾਲ ਭਾਈ ਰਣ ਧੀਰ ਸਿੰਘ ਜੀ ਦੀਆਂ ਜੀ ਦਇਆ ਪਰਥਾਏ ਅੰਕਿਤ ਕੀਤੀਆਂ ਤੁਕਾਂ ਦਾ ਹੈ ਮੈਂ ਹੁਣ ਉਹਨਾਂ ਸਾਰੀਆਂ ਤੁਕਾਂ ਨੂੰ ਇੱਕ ਇੱਕ ਕਰਕੇ ਨੰਬਰ ਵਾਰ ਪਾਠਕਾਂ ਦੇ ਸਾਹਮਣੇ ਰੱਖ ਕੇ ਉਹਨਾਂ ਦੇ ਅਸਲੀ ਸਿਧਾਂਤ ਉੱਤੇ ਵਿਚਾਰ ਕਰਦਾ ਹਾਂ 86 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਹਿੰਦੂ ਲੋਕ ਮਾਘ ਦੇ ਮਹੀਨੇ ਵਿੱਚ ਅਸ਼ਨਾਣ ਕਰਨ ਦਾ ਬੜਾ ਪੁੰਨ ਸਮਝਦੇ ਸਨ ਤੇ ਨਾਲ ਹੀ ਕਿਸੇ ਮਰਦੇ ਜੀਵ ਤਿੱਤਰ ਬਟੇਰੇ ਜਾਂ ਚਿੜੀ ਆਦਕ ਨੂੰ ਬਚਾ ਕੇ ਜੀ ਦਇਆ ਕਰਨੀ ਵੀ ਪਰ ਗੁਰੂ ਜੀ ਆਪਣੇ ਖਿਆਲ ਅਨੁਸਾਰ ਮਾਗ ਦੇ ਮਹੀਨੇ ਦਾ ਅਸਲੀ ਮਜਨ ਇਸ਼ਨਾਨ ਜੋ ਸਮਝਦੇ ਸਨ ਉਸ ਦਾ ਵਰਣਨ ਕਰਦੇ ਹਨ ਇਸ ਸ਼ਬਦ ਦਾ ਮੋਢੀ ਭਾਵ ਮਾਗ ਮਜਨ ਹੀ ਹੈ ਇਸ ਦਾ ਅਗਲਾ ਪਿਛਲਾ ਸਿਧਾਂਤ ਸਮਝੇ ਬਿਨਾ ਠੀਕ ਅਰਥ ਨਹੀਂ ਹੋ ਸਕਦਾ ਜਿਸ ਤਰ੍ਹਾਂ ਫਲੋ ਹਾਰ ਕੀਏ ਫਲ ਜਾਏ ਦੀ ਇਕੱਲੀ ਤੋਕ ਪੜ੍ਹ ਕੇ ਇਹ ਭੁਲੇਖਾ ਲੱਗ ਸਕਦਾ ਹੈ ਕਿ ਫਲਾਂ ਦਾ ਆਹਾਰ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਫਲ ਜਾਂਦਾ ਰਹਿੰਦਾ ਹੈ ਗੁਰੂ ਜੀ ਤਾਂ ਇੱਥੇ ਗੱਲ ਦੱਸ ਰਹੇ ਹਨ ਕਿ हे ਭਾਈ ਮਾਘ ਦੇ ਮਹੀਨੇ ਦਾ ਅਸਲੀ ਮਜਨ ਇਸ਼ਨਾਨ ਇਹ ਹੈ ਕਿ ਤੂੰ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਦੀ ਧੂੜੀ ਵਿੱਚ ਇਸ਼ਨਾਨ ਕਰ ਹਰੀ ਦਾ ਨਾਮ ਧਿਆ ਕੇ ਤੇ ਸੁਣ ਕੇ ਹੋਰ ਸਭ ਜੀਵਾਂ ਮਨੁੱਖਾਂ ਨੂੰ ਨਾਮ ਦਾਣ ਦੇ ਇਸ ਤਰ੍ਹਾਂ ਕਈ ਜਨਮਾਂ ਦੇ ਕਰਮਾਂ ਦੀ ਮੈਲ ਉੱਤਰ ਜਾਂਦੀ ਹੈ ਤੇ ਮਨ ਤੋਂ ਹੰਕਾਰ ਦੂਰ ਹੋ ਜਾਂਦਾ ਹੈ ਕਾਮ ਤੇ ਕ੍ਰੋਧ ਵਿੱਚ ਮੋਹੇ ਨਹੀਂ ਜਾਈਦਾ ਤੇ ਲੋਭ ਰੂਪੀ ਕੁੱਤਾ ਵੀ ਮਰ ਜਾਂਦਾ ਹੈ ਇਸ ਸੱਚੇ ਰਾਹ ਉੱਤੇ ਚੱਲਣ ਨਾਲ ਸਾਰਾ ਜਹਾਨ ਸ਼ੋਭਾ ਕਰਦਾ ਹੈ ਹੋਰ 68 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਤੇ ਜੀਵਾਂ ਉੱਤੇ ਦਇਆ ਕਰਨੀ ਜੋ ਪਰਮਾਨ ਪ੍ਰਸਿੱਧ ਹੈ ਇਹ ਸਾਰੇ ਕਰਮ ਇਸੇ ਇੱਕ ਗੱਲ ਵਿੱਚ ਆ ਜਾਂਦੇ ਹਨ ਹਰ ਕਾ ਨਾਮ ਧਿਆਏ ਸੁਣ ਪਰ ਇਹ ਸੰਤਾਂ ਦੀ ਧੂੜੀ ਰੂਪੀ ਮਾਗਮਜਨ ਮਾਗੀ ਦਾ ਇਸ਼ਨਾਨ ਜਿਸ ਨੂੰ ਵਾਹਿਗੁਰੂ ਆਪਣੀ ਕਿਰਪਾ ਨਾਲ ਦੇਵੇ ਉਹ ਪੁਰਸ਼ ਸਿਆਣਾ ਹੋ ਸਕਦਾ ਹੈ ਇਹੋ ਜੇ ਮਾਗੀ ਦੇ ਇਸ਼ਨਾਨ ਕਰਨ ਨਾਲ ਜਿੰਨਾ ਪੁਰਸ਼ਾਂ ਨੂੰ ਆਪਣਾ ਪ੍ਰਭੂ ਮਿਲ ਪੈਂਦਾ ਹੈ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਮਾਗ ਦੇ ਮਹੀਨੇ ਵਿੱਚ ਉਹ ਪੁਰਸ਼ ਸੋਚੇ ਕਹੇ ਜਾ ਸਕਦੇ ਹਨ ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਦਿਆਲੂ ਹੋਇਆ ਹੁਣ ਵਿਦਵਾਨ ਸੱਜਣ ਵਿਚਾਰ ਕੇ ਫੈਸਲਾ ਕਰ ਸਕਦੇ ਹਨ ਕਿ ਇਸ ਤੋਂ ਚਿੜੀਆਂ ਬਟੇਰੀਆਂ ਜੂਵਾਂ ਲੀਖਾਂ ਦੀ ਜੀ ਦਇਆ ਦਾ ਭਾਵ ਕਿਵੇਂ ਗ੍ਰਹਿਣ ਕੀਤਾ ਜਾ ਸਕਦਾ ਹੈ ਨੰਬਰ 2 ਦੂਖ ਨਾ ਦੇਈ ਕਿਸੇ ਦੀ ਪਤ ਸਿਉ ਘਰ ਜਾਵ ਪੜੋ ਸਾਰੀ ਪੌੜੀ ਜਿਸ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਓ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋ ਸਗਲ ਕੀ ਰੇਣਕਾ ਹਰ ਸੰਗ ਸਮਾਵੋ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰ ਜਾਵੋ ਪਤ ਤੋ ਪੁਨੀਤ ਕਰਤਾ ਪੁਰਖ ਨਾਨਕ ਸੁਣਾਵ ਗੌੜੀ ਮਹੱਲਾ ਪੰਜਵਾ ਪੰਨਾ 332 ਇਸ ਦਾ ਅਰਥ ਜਿਸ ਸੱਚ ਤੋਂ ਸਭ ਸੁਖ ਦੇਣ ਵਾਲੇ ਅਮਰਤ ਫਲ ਲੱਭੀਦੇ ਹਨ ਉਸ ਸੱਚ ਦੀ ਕਮਾਈ ਕਰੋ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝੋ ਤੇ ਉਸ ਦੇ ਇੱਕ ਨਾਮ ਦਾ ਸਿਮਰਨ ਕਰੋ ਸਾਰਿਆਂ ਮਨੁੱਖਾਂ ਦੇ ਚਰਨਾਂ ਦੀ ਧੂੜ ਬਣ ਕੇ ਵਾਹਿਗੁਰੂ ਵਿੱਚ ਸਮਾ ਜਾਓ ਕਿਸੇ ਜੀ ਮਨੁੱਖ ਨੂੰ ਦੁੱਖ ਨਾ ਦਿਓ ਤੇ ਇੱਜ਼ਤ ਨਾਲ ਆਪਣੇ ਘਰ ਵਾਹਿਗੁਰੂ ਦੇ ਦਰਬਾਰ ਵਿੱਚ ਚਲੇ ਜਾਓ ਉਹ ਸ੍ਰਿਸ਼ਟੀ ਦਾ ਰਚਨਹਾਰ ਵਾਹਿਗੁਰੂ ਪਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਨਾਨਕ ਤੁਹਾਨੂੰ ਇਹ ਗੱਲ ਸੁਣਾਉਂਦਾ ਹੈ ਇਸ ਸ਼ਬਦ ਵਿੱਚ ਸਗਲ ਕੀ ਰੇਣੁਕਾ ਤੇ ਕਿਸੇ ਜੀਵਲ ਧਿਆਨ ਦੇਣ ਦੀ ਲੋੜ ਹੈ ਜੇ ਕਿਸੇ ਜੀ ਦਾ ਅਰਥ ਚਿਚੜ ਚਮ ਜੂਆਂ ਤੇ ਜੂਆਂ ਲੀਖਾਂ ਤੱਕ ਪਹੁੰਚਣਾ ਹੈ ਤੇ ਸਗਲ ਕੀ ਰੇਣੁਕਾ ਵੀ ਇਸ ਦੇ ਪਿੱਛੇ ਪਿੱਛੇ ਚਲੇਗੀ ਤੇ ਕੁੱਤਿਆਂ ਬਿੱਲਿਆਂ ਖੋਤਿਆਂ ਡੰਗਰਾਂ ਖੱ쩌ਰ ਵਛੇ ਤੇ ਭੇਡਾਂ ਬੱਕਰੀਆਂ ਵੀ ਰੇਣੁਕਾ ਤੱਕ ਪਹੁੰਚੇਗੀ ਨੰਬਰ 3 ਜੀਆਂ ਕੋਹ ਤਨਾ ਸੰਗੈ ਪ੍ਰਾਣੀ ਇਹ ਸਾਰਾ ਸ਼ਬਦ ਇਸ ਤਰ੍ਹਾਂ ਹੈ ਧੋਤੀ ਖੋਲ ਵਛਾਏ ਗਰਦ ਬਵਾੰਗੂ ਲਾਹੇ ਭੇਟ ਬਿਨ ਕਰ ਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾ ਪੂਜਾ ਤਿਲਕ ਕਰਤਿ ਈਸ਼ ਨਾਨਾ ਸ਼ੁਰੀ ਕਾੜ ਲੈਵੇ ਹੱਥ ਦਾ ਨਾਂ ਬੇਦ ਪੜੇ ਮੁਖ ਮੀਠੀ ਬਾਣੀ ਜੀਹਾਂ ਕਹੋ ਤਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾਂ ਪੰਨਾ 301 ਇਹ ਸ਼ਬਦ ਇੱਕ ਦੰਬੀ ਬ੍ਰਾਹਮਣ ਬਾਪਤ ਕਿਹਾ ਹੈ ਜੋ ਬਹੁਤ ਖਾਂਦਾ ਸੀ ਉਹ ਵਿਆਹਾਂ ਵਾਲੇ ਘਰੀ ਜਾ ਕੇ ਜੋਰ ਨਾਲ ਰੁਪਿਆ ਮੰਗਦਾ ਸੀ ਤੇ ਜੇ ਨਾ ਮਿਲੇ ਨੰਗਾ ਹੋ ਕੇ ਨੱਚਦਾ ਅਲ ਕੁੱਦੂ ਪੈ ਗਈ ਉਸ ਦੇ ਰਾਹੀਂ ਕਰਮ ਕਾਂਡ ਤੇ ਭੇਖ ਦਾ ਮਖੌਲ ਉਡਾਇਆ ਹੈ ਇਸ ਦੇ ਅਖਰੀ ਅਰਥ ਵੀ ਸੁਣ ਲਓ ਇਹ ਬੇਸ਼ਰਮ ਬ੍ਰਾਹਮਣ ਤੇੜੋਂ ਧੋਤੀ ਲਾ ਕੇ ਹੀਠਾਂ ਸੁੱਟ ਦਿੰਦਾ ਹੈ ਤੇ ਨੰਗਾ ਹੋ ਜਾਂਦਾ ਹੈ ਜਦੋਂ ਖਾਣ ਲੱਗਦਾ ਹੈ ਤਾਂ ਗਧੇ ਵਾਂਗੇ ਪੇਟ ਵਿੱਚ ਪਦਾਰਥਾਂ ਨੂੰ ਲਾਹੀ ਛੁੱਟੀ ਜਾਂਦਾ ਪਰ ਮੁਕਤੀ ਤਾਂ ਚੰਗੀ ਕਰਤੂਤ ਕਰਨੀ ਬਿਨਾ ਨਹੀਂ ਪਾਈ ਜਾਂਦੀ ਇਹ ਮੁਕਤੀ ਰੂਪੀ ਪਦਾਰਥ ਤਾਂ ਨਾਮ ਧਿਉ ਨਾਲ ਹੀ ਮਿਲਦਾ ਹੈ ਇਹ ਦੰਬੀ ਆਦਮੀ ਠਾਕੁਰਾਂ ਦੀ ਪੂਜਾ ਵੀ ਕਰਦਾ ਹੈ ਮੱਥੇ ਉੱਤੇ ਤਿਲਕ ਵੀ ਲਾਉਂਦਾ ਹੈ ਤੇ ਇਸ਼ਨਾਨ ਵੀ ਕਰਦਾ ਹੈ ਪਰ ਹੱਥ ਵਿੱਚ ਛੁਰੀ ਫੜ ਕੇ ਜ਼ੋਰ ਨਾਲ ਦਾਨ ਮੰਗਦਾ ਹੈ ਮੁੱਖ ਦੁਆਰਾ ਵੇਦ ਪੜ੍ਹਦਾ ਹੈ ਤੇ ਬਾਣੀ ਵੀ ਮਿੱਠੀ ਬੋਲਦਾ ਹੈ ਪਰ ਇਹ ਮਨੁੱਖ ਇਸ ਜ਼ੋਰ ਜ਼ੁਲਮ ਦੀ ਛੁਰੀ ਨਾਲ ਮਨੁੱਖਾ ਰੂਪੀ ਜੀਆਂ ਨੂੰ ਕੋਂਦਾ ਤਰਸਾ ਕੇ ਮਾਰਦਾ ਝਾਕਦਾ ਨਹੀਂ ਪਰ हे ਨਾਨਕ ਤੂੰ ਇਹ ਆਖ ਕਿ ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਧਾਰਦਾ ਹੈ ਉਸ ਪੁਰਸ਼ ਦਾ ਹਿਰਦਾ ਸ਼ੁੱਧ ਹੋ ਸਕਦਾ ਹੈ ਤੇ ਉਹੋ ਹੀ ਬ੍ਰਾਹਮਣੂ ਵਿਚਾਰਦਾ ਹੈ ਇੱਥੇ ਇਸ ਕੁੱਦੂ ਬ੍ਰਾਹਮਣ ਦੀ ਸ਼ੁਰੀ ਤੇ ਜੀਆਂ ਕੋਤ ਦਾ ਵਿਚਾਰ ਲੋੜਿੰਦਾ ਹੈ ਇਸ ਗੱਲ ਨੂੰ ਸਮਝਣ ਲਈ ਆਸਾ ਜੀ ਦੀ ਵਾਰ ਦਾ 16ਵਾਂ ਸ਼ਲੋਕ ਦੇਖੋ ਮਾਨਸ ਖਾਣੇ ਕਰੇ ਨਿਵਾਦ ਸ਼ੁਰੀ ਵਗਾਇੰ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਵੀ ਆਵੇਂ ਉਹੀ ਸਾਜ ਕੂੜੀ ਰਾਸ ਕੂੜਾ ਵਾਪਾਰ ਕੂਲ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂਲ ਰਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਪੰਨਾ 471 ਅਤੇ ਹੋਰ ਦੇਖੋ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰਤਲ ਕਾਤੀ ਰਿਦੇ ਛੁਰੀ ਸੰਧਿਆਮੀ ਪਰ ਦਰਬ ਹਿਰਨ ਕੀ ਬਾਣੀ ਪ੍ਰਭਾਤੀ 베ਣੀ ਜੀ ਪੰਨਾ 1351 ਇਸ ਸ਼ਬਦ ਵਿੱਚ ਪਖੰਡੀ ਵੈਸ਼ਨਵਾ ਸ਼ੈਵਾ ਅਤੇ ਹੋਰ ਸਾਧੂਆਂ ਦੇ ਬਾਹਰਲੇ ਕਰਮ ਕਾਂਡਾਂ ਨੂੰ ਧਰਮਾਂ ਨੂੰ ਰੱਦ ਕਰਕੇ ਆਤਮ ਤਤ ਦ੍ਰਿੜਾਉਂਦੇ ਹਨ ਜਿਸ ਦੀ ਸੂਝ ਗੁਰੂ ਤੋਂ ਹੁੰਦੀ ਹੈ ਉੱਪਰ ਲੀਆਂ ਚੌਹਾਂ ਤੁਕਾਂ ਵਿੱਚ ਵਰਣਨ ਕੀਤੀ ਛੁਰੀ ਦਾ ਰੂਪ ਆਪ ਪਰਖ ਸਕਦੇ ਹੋ ਬ੍ਰਾਹਮਣ ਵੈਸ਼ਨੂ ਸਾਧ ਨੇ ਸਰੀਰ ਉੱਤੇ ਚੰਦਨ ਲਾਇਆ ਹੋਇਆ ਹੈ ਅਤੇ ਮੱਥੇ ਉੱਤੇ ਪੱਤੇ ਰੱਖੇ ਹੋਏ ਹृदय ਅੰਦਰ ਐਉਂ ਹੋ ਰਿਹਾ ਹੈ ਜਿਵੇਂ ਹੱਥ ਦੀ ਤਲੀ ਵਿੱਚ ਛੁਰੀ ਪਕੜੀ ਹੋਣੀ ਹੈ ਹਿਰਦੇ ਵਿੱਚ ਛੁਰੀ ਖਿੱਚੀ ਹੋਈ ਹੈ ਪਰ ਆਇਆ ਧੰਨ ਚੁਰਾਣ ਦੀ ਬਾਣੀ ਬਾਣ ਜਾਂ ਆਦਤ ਪਈ ਹੋਈ ਹੈਸ ਇੱਥੇ ਹੁਣ ਇਹ ਸਾਫਤ ਹੁੰਦਾ ਹੈ ਕਿ ਜਿੰਨਾ ਛੁਰੀਆਂ ਦਾ ਵਰਣਨ ਇਹਨਾਂ ਤੁਕਾਂ ਵਿੱਚ ਕੀਤਾ ਗਿਆ ਹੈ ਇਹ ਕੁਕੜੀਆਂ ਦੇ ਗਲਾਂ ਉੱਤੇ ਚੱਲਣ ਵਾਲੀਆਂ ਤੇ ਕਿਸੇ ਫੁਲਾਦੀ ਲੋਹੇ ਦੀਆਂ ਬਣੀਆਂ ਹੋਈਆਂ ਨਹੀਂ ਹਨ ਇਹ ਛੁਰੀਆਂ ਹਨ ਛਲ ਅਤੇ ਕਪਟ ਦੀਆਂ ਜਿਨ੍ਹਾਂ ਨਾਲ ਉਹ ਮਨੁੱਖਾਂ ਨੂੰ ਕੁੰਦੇ ਹਨ ਤੇ ਉਹਨਾਂ ਦਾ ਧਨ ਪਦਾਰਥ ਠੱਗ ਕੇ ਖਾ ਜਾਂਦੇ ਹਨ ਛਲ ਕਪਟੀ ਛੁਰੀ ਨਾਲ ਜਾਨਵਰਾਂ ਦਾ ਗਲਾ ਨਹੀਂ ਕਟਿਆ ਜਾ ਸਕਦਾ ਇਹੋ ਮਤਲਬ ਮਾਨਸ ਖਾਣੇ ਕਰਨ ਨਿਵਾਜਦਾ ਹੈ ਇਹੋ ਠੱਗੀ ਦਾ ਮਾਲ ਅਪੱਖ ਵਸਤੂ ਸੀ ਜਿਸ ਦਾ ਇਸ਼ਾਰਾ ਮਲਾਰ ਦੀ ਵਾਰ ਤੇ ਅਪੱਖ ਭੱਖੇ ਵਾਲੇ ਸ਼ਬਦ ਵਿੱਚ ਕੀਤਾ ਗਿਆ ਹੈ ਨੰਬਰ 4 ਕਾਇਆ ਰਤ ਬਹੁ ਰੂਪ ਰਚਾਈ ਤਨ ਕੋ ਦਇਆ ਸੁਪਨੇ ਵੀ ਨਹੀਂ ਗੌੜੀ ਕਬੀਰ ਜੀ ਗੁਆਰੇ ਰੀ ਸ਼ਬਦ 5 ਸਾਰੀਆਂ ਤੁਕਾਂ ਪੜ੍ਹ ਕੇ ਦੇਖੋ ਸੰਧਿਆ ਪ੍ਰਾਂਤ ਇਸ ਨਾਨਕ ਰਾਹੀ ਜਿਉ ਭਏ ਦਗਦੁਰ ਪਾਣੀ ਮਾਹੀ ਜੋ ਪੇ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹਾ ਕਾਇਆ ਰਤ ਬਹੁ ਰੂਪ ਲ ਚਾਹੀ ਤਨ ਕੋ ਦਇਆ ਸੁਪਨੇ ਵੀ ਨਹੀਂ ਚਾਰ ਚਰਨ ਕਹੇ ਬਹੁ ਆਗਰ ਸਾਧੂ ਸੁਖ ਪਾਵੇਂ ਕਲ ਸਾਗਰ ਕਹੋ ਕਬੀਰ ਬਹੁ ਕਾਹੇ ਕਰੀ ਜੈ ਸਰਬਸ ਛੋੜ ਮਹਾਰਸ ਪੀਜੈ ਪੰਨਾ 324 ਇਸ ਸ਼ਬਦ ਵਿੱਚ ਉਹਨਾਂ ਭੇਖ ਧਾਰੀਆਂ ਦਾ ਜ਼ਿਕਰ ਹੈ ਜੋ ਕਾਇਆ ਰਤ ਕਿਸ ਸਰੀਰ ਨਾਲ ਪਿਆਰ ਕਰਕੇ ਬਹੁ ਰੂਪ ਰਚਾਈ ਬਹੁਤੇ ਭੇਖ ਬਣਾਉਂਦੇ ਹਨ ਅਜਿਹੇ ਭੇਖ ਧਾਰੀ ਪਖੰਡੀ ਸਾਧਮਾ ਨੂੰ ਮਨੁੱਖਾਂ ਤੇ ਸੁਪਨੇ ਵਿੱਚ ਵੀ ਦਇਆ ਨਹੀਂ ਆਉਂਦੀ ਕਿਉਂਕਿ ਉਹਨਾਂ ਦਾ ਮਨੋਰਥ ਨਿਰਾ ਲੋਕਾਂ ਨਾਲ ਠੱਗੀ ਕਰਨਾ ਹੀ ਹੁੰਦਾ ਹੈ ਭਾਵੇਂ ਉਹ ਦੋਵੇਂ ਵੇਲੇ ਇਸ਼ਨਾਨ ਵੀ ਕਰਦੇ ਹਨ ਭੇਖ ਸਿਰਫ ਮਨੁੱਖਾਂ ਨੂੰ ਠੱਗਣ ਲਈ ਬਣਾਉਂਦੇ ਹਨ ਜਿਨ੍ਹਾਂ ਦੀ ਰਾਹੀਂ ਉਹ ਭੇਖੀ ਲੋਕ ਬੜੀ ਨਰਦਇਤਾ ਨਾਲ ਮਨੁੱਖਾਂ ਦਾ ਧਨ ਪਦਾਰਥ ਠੱਗਦੇ ਹਨ ਕੋਈ ਜਾਨਵਰ ਇਸ ਭੇਖ ਦੇ ਭੁਲੇਖੇ ਵਿੱਚ ਨਹੀਂ ਆ ਸਕਦਾ ਨੰਬਰ 5 ਦਇਆ ਜਾਣੇ ਦੀ ਕਿ ਕਿਛ ਪੁੰਨ ਦਾਨ ਕਰੇ ਆਸਾ ਦੀ ਵਾਰ ਸ਼ਲੋਕ ਨੰਬਰ 10 ਇਸ ਵਿੱਚ ਇਸ ਤੋਂ ਪਹਿਲੇ ਸ਼ਲੋਕਾਂ ਅਤੇ ਪੌੜੀਆਂ ਵਿੱਚ ਹੌਮੇ ਦਾ ਜ਼ਿਕਰ ਹੈ ਪਰ ਇਸ ਉੱਪਰ ਦਸੀ ਹੌਮੇ ਦੇ ਮੁਕਾਬਲੇ ਤੇ ਜ਼ਰੂਰੀ ਸਚਾਈਆਂ ਬਿਆਨ ਕੀਤੀਆਂ ਗਈਆਂ ਹਨ ਜਿਨ੍ਹਾਂ ਅਨੁਸਾਰ ਮਨੁੱਖ ਸੱਚਵਾਲਾ ਜੀਵਨ ਬਤੀਤ ਕਰ ਸਕਦਾ ਪਰ ਉਹਨਾਂ ਸਚਾਈਆਂ ਵਿੱਚ ਇਹ ਗੱਲ ਵੀ ਦੱਸੀ ਗਈ ਹੈ ਕਿ ਜਿਨ੍ਹਾਂ ਜੀਵਾਂ ਉੱਤੇ ਅਸਲੀ ਦਇਆ ਕਰਨੀ ਜਾਣ ਦਾ ਹੋਵੇ ਉਸ ਦਾ ਨਿਰਣਾ ਇਉਂ ਕੀਤਾ ਹੈ ਕਿ ਉਹ ਭੁੱਖੇ ਜੀਵਾਂ ਮਨੁੱਖਾਂ ਤੇ ਤਰਸ ਕਰੇ ਤੇ ਉਹਨਾਂ ਦੀ ਉਦਰ ਪੂਰਤੀ ਵਾਸਤੇ ਕੁਝ ਪੁੰਨ ਦਾਨ ਵੀ ਕਰੇ ਜਥਾ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਿ ਪਛਾਣੇ ਸੀ ਸਾਰੰਗਵਾਰ ਸ਼ਲੋਕ ਮਹੱਲਾ ਪਹਿਲਾ ਪੰਨਾ 1245 ਇੱਥੇ ਅਸਲੀ ਜੀ ਦਇਆ ਦਾ ਮਨੋਰਥ ਕੇਵਲ ਰੱਬ ਦੇ ਭੁੱਖੇ ਬੰਦਿਆਂ ਗਰੀਬਾਂ ਦੀ ਸਹਾਇਤਾ ਕਰਨਾ ਜੇ ਇੱਥੇ ਜੀਵਾਂ ਉੱਤੇ ਦਇਆ ਕਰਨ ਦਾ ਭਾਵ ਮਨੁੱਖਾਂ ਨੂੰ ਛੱਡ ਕੇ ਜਾਨਵਰਾਂ ਦਾ ਲੈਣਾ ਹੈ ਤਾਂ ਗੁਰੂ ਕੇ ਲੰਗਰ ਕੁੱਤਿਆਂ ਬਿੱਲੀਆਂ ਗਿੱਦੜਾਂ ਲੂੰਬੜਾਂ ਇਲਾਕਾਵਾ ਤੇ ਰਿਸ਼ਾਂ ਵਾਸਤੇ ਖੁੱਲਣੇ ਚਾਹੀਦੇ ਹਨ ਕਿਉਂਕਿ ਭੁੱਖ ਤਾਂ ਉਹਨਾਂ ਨੂੰ ਵੀ ਲੱਗਦੀ ਹੈ ਬਾਣੀ ਵਿੱਚ ਤਾਂ ਭੁੱਖਿਆਂ ਨੂੰ ਹੀ ਦਾਨ ਦੇਣਾ ਲਿਖਿਆ ਹੈ ਜੈਸਾ ਕਿ ਤੈ ਨਰ ਕਿਆ ਪੁਰਾਣ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੀਨਾ ਸਾਰੰ ਪਰਮਾਨੰ ਮੈਂ ਫਿਰ ਸਵਾਲ ਕਰਦਾ ਹਾਂ ਇੱਕ ਪਾਸੇ ਤਾਂ ਰੱਬ ਦੇ ਬੰਦੇ ਅੰਨ ਦੇ ਦੁੱਖੋਂ ਭੁੱਖੇ ਮਰਦੇ ਹਨ ਤੇ ਦੂਜੇ ਪਾਸੇ ਕੁੱਤੇ ਭੁੱਖੇ ਪਏ ਫਿਰਦੇ ਹਨ ਇਥੇ ਜੀ ਦਇਆ ਦਾ ਭਾ ਕਿਸ ਨੂੰ ਵਿਸ਼ੇਸ਼ਤਾ ਦਏਗਾ ਨੰਬਰ 6 ਪ੍ਰੇਮ ਬਸ਼ੂਹਾ ਕਰਤ ਕਸਾਈ ਨਿਰਦੇ ਜੰਤ ਤਿਸ ਦਇਆ ਨ ਪਾਈ ਸੋਹੀ ਮਹੱਲਾ ਪੰਜਵਾ ਪ੍ਰਸੰਗ ਨੂੰ ਸਮਝਣ ਲਈ ਸਾਰਾ ਸ਼ਬਦ ਦੇਖੋ ਜਥਾ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾ ਸ਼ਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਸ਼ੋਹਾ ਕਰਤ ਕਸਾਈ ਨਿਰਦੇ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਬੀਤੀਆਂ ਪਰਮਾਈ ਘਰ ਵਾਸ ਨਾ ਦੇਵੇ ਦੁਤਰ ਮਾਈ ਦਿਨ ਰੈਣ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੇ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਚਰਨ ਨਾਨਕ ਗਤ ਪਾਈ ਪੰਨਾ 745 ਇਸ ਸ਼ਬਦ ਵਿੱਚ ਇਹ ਖਿਆਲ ਗਰੰਥਨ ਕੀਤਾ ਗਿਆ ਹੈ ਕਿ ਇਹ ਮਾਇਆ ਕਸਾਇਣ ਆਪਣੇ ਪਤੀ ਪਰਮਾਤਮਾ ਨੂੰ ਮਿਲਣ ਦੀ ਇੱਛਾਵਾਨ ਜੀਵ ਇਸਤਰੀ ਨੂੰ ਕਿਸ ਤਰ੍ਹਾਂ ਪਰਮਾਉਂਦੀ ਹੈ ਸਵਾਲ ਕੀਤਾ ਗਿਆ ਹੈ ਕਿ ਜੇ ਜੀਵ ਭਗਤ ਰੂਪੀ ਇਸਤਰੀ ਤੈਨੂੰ ਸ਼ਿਆਮ ਸੁੰਦਰ ਆਪਣੇ ਸੋਹਣੇ ਪਤੀ ਪਰਮਾਤਮਾ ਨੂੰ ਛੱਡ ਕੇ ਨੀਂਦ ਕਿਉਂ ਆ ਗਈ ਜਿਸ ਕਰਕੇ ਤੈਨੂੰ ਪਤੀ ਮਿਲਾਪ ਨਹੀਂ ਹੋਇਆ ਉੱਤਰ ਮਿਲਦਾ ਹੈ ਇਹ ਜੋ ਮਹਾਮੋਣੀ ਮਾਇਆ ਹੈ ਇਸ ਨੇ ਮੈਨੂੰ ਕਾਮ ਕ੍ਰੋਧ ਆਦਿਕ ਦੂਤਾਂ ਬਦਮਾਸ਼ਾਂ ਤੇ ਮਗਰ ਲਾ ਦਿੱਤਾ ਸੀ ਜਿਸ ਤਰ੍ਹਾਂ ਕੋਈ ਲੋਤੀ ਔਰਤ ਕਿਸੇ ਭੋਲੀ ਭਾਲੀ ਅਲੜ ਇਸਤਰੀ ਨੂੰ ਪਰਮਾ ਕੇ ਗੁੰਡਿਆਂ ਦੇ ਵਸ ਪਾ ਜਵੇ ਇਹ ਕਸਾਇਣ ਝਾਲਮ ਮਾਇਆ ਪ੍ਰੇਮ ਪਤੀ ਤੋਂ ਵਿਛੋੜਾ ਕਰਵਾ ਦਿੰਦੀ ਹੈ ਤੇ ਇਸ ਨਰਦਈ ਮਾਇਆ ਨੇ ਮੇਰੇ ਵਾਸਤੇ ਆਪਣੇ ਦਿਲ ਵਿੱਚ ਜੰਤ ਦਇਆ ਜੀ ਦਇਆ ਨਹੀਂ ਪਾਈ ਇਸ ਤਰ੍ਹਾਂ ਮੈਨੂੰ ਪਰਮਾਈ ਭੁਲੇਖੇ ਵਿੱਚ ਕਈ ਜਨਮ ਬੀਤ ਗਏ ਹਨ ਇਹ ਦੁਤਾਰ ਨਾ ਤਰੀ ਜਾਣ ਵਾਲੀ ਮਾਇਆ ਮੈਨੂੰ ਘਰ ਵਿੱਚ ਟਿਕਣ ਨਹੀਂ ਦਿੰਦੀ ਜਿਸ ਤਰ੍ਹਾਂ ਕੋਈ ਚਲਾਕ ਸੌਂਕਣ ਆਪਣੀ ਸਿੱਧੀ ਸਾਦੀ ਅਰੇ ਭਲੀ ਮਾਨਸ ਸੌਂਕਣ ਦੇ ਪੈਰ ਨਹੀਂ ਲੱਗਣ ਦਿੰਦੀ ਇਸੇ ਲਈ ਮੈਂ ਹੁਣ ਆਪਣੇ ਪਤੀ ਤੋਂ ਵਿਛੜ ਕੇ ਦਿਨ ਰਾਤ ਆਪਣਾ ਕੀਤਾ ਪਾਰੀ ਹੈ ਇਸ ਬੱਜਵੇਂ ਪ੍ਰਸੰਗ ਤੋਂ ਹਰ ਇੱਕ ਸੱਜਣ ਨੂੰ ਸਮਝ ਆ ਸਕਦੀ ਹੈ ਕਿ ਇਥੇ ਨਰਦਈ ਤੇ ਕਸਾਈ ਕੇਸ ਨੂੰ ਆਖਿਆ ਗਿਆ ਹੈ ਤੇ ਇਹ ਮਾਇਆ ਕਸਾਈ ਪੁਨੇ ਵਾਲਾ ਵਤੀਰਾ ਕਿਸ ਨਾਲ ਅਖਤਿਆਰ ਕਰ ਰਹੀ ਹੈ ਕੋਕੜਾਂ ਕਬੂਤਰਾਂ ਵੱਲ ਤਾਂ ਇੱਥੇ ਇਸ਼ਾਰਾ ਵੀ ਨਹੀਂ ਨੰਬਰ 7 ਜੀ ਦਾਨ ਦੇ ਭਗਤੀ ਲਾਇਨ ਹਾਰਸਿਓ ਲੈਣ ਮਿਲਾਇ ਸੂਹੀ ਮਹੱਲਾ ਪੰਜਵਾਂ ਪੰਨਾ 749 ਇਸ ਸ਼ਬਦ ਵਿੱਚ ਜੋ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਤੋਂ ਆਰੰਭ ਹੁੰਦਾ ਹੈ ਹਰੀ ਦੇ ਸੰਤਾਂ ਦੇ ਪਰਉਪਕਾਰੀ ਹੋਣ ਦਾ ਜ਼ਿਕਰ ਹੈ ਉਨ੍ਹਾਂ ਦੇ ਪਰਉਪਕਾਰੀ ਜੀਵਨ ਦਾ ਇਹ ਵੀ ਇੱਕ ਅੰਗ ਹੈ ਕਿ ਉਹ ਮਨੁੱਖਾਂ ਨੂੰ ਅਸਲੀ ਜੀਵਨ দান ਦੇ ਕੇ ਵਾਹਿਗੁਰੂ ਨਾਲ ਮਿਲਾ ਲੈਂਦੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਪਰਮਾਨ ਜੈਨ ਜੀ ਦਇਆ ਦਾ ਸਹਾਇਕ ਕਿਵੇਂ ਸਾਬਤ ਹੋਇਆ ਕਿ ਇੱਥੇ ਕੂਕੜਾਂ ਕਬੂਤਰਾਂ ਤੇ ਬੱਕਰੀਆਂ ਭੇਡਾਂ ਤੱਕ ਇਹ ਸਿਧਾਂਤ ਪਹੁੰਚ ਸਕਦਾ ਹੈ ਨੰਬਰ 8 ਇਕਾਦਸੀ ਇੱਕ ਰਿਦੈ ਵਸਾਵੇ ਹਿੰਸਾ ਮਮਤਾ ਮੋਹ ਝੁਕਾਵੇ ਬਿਲਾਵਲ ਮਹੱਲਾ ਪਹਿਲਾ ਥੇਤੀ ਪੰਨਾ 840 ਇਸ ਦੀਆਂ ਸਾਖੀ ਤੁਕਾਂ 81 ਇੱਕ ਹਿਰਦੇ ਵਸਾਵੇ ਹਿੰਸਾ ਮਮਤਾ ਮੋਹ ਛੁਕਾਵੇ ਫਲ ਪਾਵੇ ਬ੍ਰਤ ਆਤਮ ਚੀਨੇ ਪਖੰਡ ਰਾਜ ਤਤ ਨਹੀਂ ਬੀਨੇ ਨਿਰਮਲ ਨਿਰਹਾ ਨਿਹਕੇਵਲ ਸੂਚੇ ਸਾਚੇ ਨਾ ਲਾਗੇ ਮਨ ਅਰਥ ਅਸਲੀ 81 ਦਾ ਵਰਤ ਇਹ ਹੈ ਕਿ ਵਾਹਿਗੁਰੂ ਨੂੰ ਇੱਕ ਕਰਕੇ ਸਮਝੇ ਹੰਸਾ ਜ਼ੁਲਮ ਤੇ ਮਮਤਾ ਮਲਕੀਅਤ ਕਬਜ਼ੇ ਕਰਨ ਦੀ ਇੱਛਾ ਤੇ ਮੋਹ ਛੱਡ ਦੇਵੇ ਤਾਂ ਉਸ ਨੂੰ ਫਲ ਮਿਲੇਗਾ ਅਸੂਲ ਦੀ ਦ੍ਰਿੜਤਾ ਅਤੇ ਆਪਣੇ ਆਪ ਦੀ ਪਛਾਣ ਪਖੰਡ ਵਿੱਚ ਰਚਿਆ ਹੋਣਾ ਕਰਕੇ ਮਨੁੱਖ ਅਸਲੀਅਤ ਵੱਲ ਨਹੀਂ ਦੇਖ ਸਕਦਾ ਵਾਹਿਗੁਰੂ ਤਾਂ ਨਿਰਾਹਾਰ ਖਾਣ ਪੀਣ ਤੋਂ ਰਹਿਤ ਪਵਿੱਤਰ ਤੇ ਨਿਰਲੇਪ ਹੈ ਇਹੋ ਜਿਹੇ ਸੁੱਚੇ ਹਰੀ ਦੁਆਰਾ ਜੋ ਮਨੁੱਖ ਸੁੱਚਾ ਹੁੰਦਾ ਹੈ ਉਸ ਨੂੰ ਮੈਲ ਨਹੀਂ ਲੱਗਦੀ ਜਦੋਂ ਇਨਸਾਨ ਦੇ ਮਨ ਵਿੱਚ ਆਪਣੀ ਔਲਾਦ ਦਾ ਮੋਹ ਪੈਦਾ ਹੁੰਦਾ ਹੈ ਤਾਂ ਉਸ ਦੇ ਮਨ ਵਿੱਚ ਆਪਣੇ ਪਰਿਵਾਰ ਲਈ ਜੈ ਦਾਦਾ ਬਣਾਉਣ ਦੀ ਮਮਤਾ ਆਪਣਤ ਪੈਦਾ ਹੁੰਦੀ ਹੈ ਤਾਂ ਉਹ ਕਈ ਤਰ੍ਹਾਂ ਦੀ ਹਿੰਸਾ ਕਰਦਾ ਹੈ ਕਦੇ ਪਖੰਡ ਕਰਦਾ ਹੈ ਤੇ ਕਦੇ ਠੱਗੀ ਮਾਰਦਾ ਹੈ ਕਦੇ ਚੋਰੀ ਕਰਦਾ ਹੈ ਤੇ ਸ਼ਵੀ ਗੰਡਾਸੇ ਫੜ ਕੇ ਡਾਕੇ ਮਾਰਨ ਤੋਰ ਪੈਂਦਾ ਹੈ ਇਹ ਸਾਰੇ ਤਰੀਕੇ ਉਸ ਦੇ ਹਿੰਸਾ ਜ਼ੁਲਮ ਦੇ ਹਨ ਪਿਛਲੀਆਂ ਸਾਰੀਆਂ ਤੁਕਾਂ ਇਸ ਗੱਲ ਦਾ ਨਿਤਾਰਾ ਕਰ ਦਿੰਦੀਆਂ ਹਨ ਕਿ ਗੁਰਬਾਣੀ ਵਿੱਚ ਹਿੰਸਾ ਤੇ ਅਹਿੰਸਾ ਦੇ ਕੀ ਅਰਥ ਹਨ ਨੰਬਰ 9 ਜਿਸ ਮਨ ਮਾਨੇ ਅਭਮਾਨ ਨਾ ਤਾ ਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੇ ਵਰ ਕਾਮਣ ਪਿਰ ਕੀ ਗੁਰਮਖ ਰੰਗ ਸਵਾਰੇ ਪੰਨਾ 1198 ਹਿੰਸਾ ਅਤੇ ਲੋਭ ਦੋਵੇਂ ਪਦ ਇਕੱਠੇ ਹੋਣ ਕਰਕੇ ਉਸ ਹਿੰਸਾ ਜ਼ੁਲਮ ਦਾ ਰੂਪ ਸਾਹਮਣੇ ਰੱਖਿਆ ਹੈ ਜਿਹੜੀ ਮਾਇਆ ਦੇ ਲੋਭ ਵਿੱਚ ਆ ਕੇ ਮਨੁੱਖਾਂ ਦਾ ਧਨ ਖੋਣ ਲਈ ਕੀਤੀ ਜਾਂਦੀ ਹੈ ਜਿਹਾ ਕਿ ਬਾਟ ਪਾਰ ਘਰ ਮੂਸ ਬਿਰਾਨੋਂ ਪੇਟ ਭਰੇ ਅਪਰਾਧੀ ਜਿਹਹ ਪਰ ਲੋਕ ਜਾਏ ਅਪਕੀਰਤ ਸੋਈ ਅਬਿਦਿਆ ਸਾਦੀ ਪੰਨਾ 1253 ਖੋਸ ਖੋਸ ਲੈਂਦਾ ਵਸਤ ਪਰਾਈ ਵੇਖੇ ਸੁਨੇ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਗਲੀ ਗਣਤ ਨਾ ਜਾਣੀਆ ਮਾਰੂ ਅੰਜੁਲੀਆ ਮਹੱਲਾ ਪੰਜਵਾਂ ਪੰਨਾ 1020 ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਦੇਖ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਾਣੀ ਗੌੜੀਵਾਰ ਮਹਿਲਾ ਚੌਥਾ ਪੰਨਾ 315 ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਲੈ ਫਾਹੇ ਉਠ ਧਾਤੇ ਸੇ ਜਾਨ ਮਾਰੇ ਭਗਵੰਤ ਕਬੀਰ ਸ਼ਲੋਕ ਪੰਨਾ 1365 ਨੰਬਰ 10 ਅਸੰਖ ਗਲ ਵੱਡ ਹਤਿਆ ਕਮਾਂ ਇਸ ਦਾ ਸਿਧਾਂਤ ਵੀ ਉਹ ਉਤਲੀਆਂ ਪੰਕਤੀਆਂ ਵਾਲਾ ਹੀ ਹੈ ਪਰ ਇਸ ਦਾ ਉੱਤਰ ਮੈਂ ਭਾਈ ਸੰਤੋਖ ਸਿੰਘ ਦੀ ਮਹਾਕਵੀ ਦੇ ਲਿਖਤ ਅਨੁਸਾਰ ਆਪ ਦੇ ਸਾਹਮਣੇ ਰੱਖਦਾ ਹਾਂ ਉਹ ਇਸ ਤੋਕ ਪਰ ਹੋਈ ਸ਼ੰਕਾ ਦਾ ਸਮਾਧਾਨ ਇਸ ਤਰ੍ਹਾਂ ਕਰਦੇ ਹਨ ਅਸੰਖ ਹੀ ਜੀਵਨ ਕੇ ਗਰੇ ਕਾਟ ਕਰ ਹੱਤਿਆ ਕੋ ਸੰਚਿਤ ਹੈ ਗਰੇ ਕਾਟਨੀ ਤੋਂ ਜੁਧ ਮੇਂ ਵੀ ਹੋਤੇ ਹਨ ਪਰੰਤੂ ਹੱਤਿਆ ਕਮਾਹੇ ਪਦਨ ਤੇ ਜੋ ਵਿਸ਼ਵਾਸ ਘਾਤੀ ਆਦ ਲੋਭ ਤੇ ਅਚਾਨਕ ਆਏ ਮਾਰੇ ਤਿੰਨ ਕੋ ਅਰਥ ਗਰਬ ਗੰਧਨੀ ਟਿਕਾ ਜਪਦੀ ਨੰਬਰ 11 ਅਸੰਖ ਮਲੇਸ਼ ਮਲਪਖ ਖਾਂਹ ਅਸੰਖ ਹੀ ਐਸੇ ਆਦਮੀ ਮੌਜੂਦ ਹਨ ਜਿਹੜੇ ਮੈਲੀਆਂ ਕੁਚੈਲੀਆਂ ਚੀਜ਼ਾਂ ਖਾਂਦੇ ਹਨ ਜਿਨ੍ਹਾਂ ਨੂੰ ਮੈਲ ਦੀ ਇੱਛਾ ਰੱਖਣ ਦੇ ਕਾਰਨ ਮਲੇਸ਼ ਆਖਿਆ ਜਾਂਦਾ ਹੈ ਅਜਿਹੀ ਮੈਲ ਖਾਣ ਵਾਲਿਆਂ ਨੂੰ ਹੀ ਦਸ਼ਮੇਸ਼ ਜੀ ਨੇ ਖੂਕ ਮਲਹਾਰੀ ਨਾਲ ਸਮਤਾ ਦਿੱਤੀ ਹੈ ਪਰ ਭਾਈ ਡਣ ਧੀਰ ਸਿੰਘ ਨੂੰ ਤਾਂ ਮਲੇਸ਼ ਮੁਸਲਮਾਨ ਤੇ ਮੈਲ ਮਾਸ ਹੀ ਨਜ਼ਰ ਆਉਂਦਾ ਹੈ ਇਸੇ ਲਈ ਇਸ ਨੂੰ ਮੁਸਲਮਾਨਾਂ ਦਾ ਖਾਣਾ ਦੱਸਦੇ ਹਨ ਪਰ ਗੁਰਬਾਣੀ ਵਿੱਚ ਤਾਂ ਕੂੜ ਨੂੰ ਮਲ ਆਖਿਆ ਹੈ ਜਿਸ ਨੂੰ ਉਸ ਵੇਲੇ ਦੇ ਦੰਬੀ ਮੁਸਲਮਾਨ ਕਾਜ਼ੀ ਮੁੱਲਾ ਖਾ ਰਹੇ ਸਨ ਕਾਦੀ ਕੂੜ ਬੋਲ ਮਲ ਖਾਏ ਹੋਰ ਉਹਨਾਂ ਦੇ ਮਾਸ ਖਾਣ ਨੂੰ ਤਾਂ ਮਲ ਦੀ ਸੰਮਤਾ ਨਹੀਂ ਦਿੱਤੀ ਨੰਬਰ 12 ਜੇ ਰਤ ਲੱਗੇ ਕੱਪੜਾ ਜਾਮਾ ਹੋਈ ਪੁਲੀਤ ਜੋ ਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਪੰਨਾ 140 ਮੁਸਲਮਾਨਾਂ ਬਾਅਦ ਕਿਹਾ ਹੈ ਕਿ ਜਿਵੇਂ ਕੱਪੜੇ ਨਾਲ ਲਹੂ ਲੱਗ ਜਾਵੇ ਤਾਂ ਕਹਿੰਦੇ ਹਨ ਕਿ ਕੱਪੜਾ ਅਪਵਿੱਤਰ ਹੋ ਗਿਆ ਹੈ ਨਮਾਜ਼ ਪੜਨ ਯੋਗਾ ਨਹੀਂ ਰਿਹਾ ਪਰ ਜਿਹੜੇ ਮਨੁੱਖਾਂ ਦਾ ਲਹੂ ਪੀਂਦੇ ਹਨ ਭਾਵ ਜ਼ੁਲਮ ਕਰਦੇ ਹਨ ਉਹਨਾਂ ਦਾ ਦਿਲ ਕਿਵੇਂ ਪਵਿੱਤਰ ਹੋ ਸਕਦਾ ਹੈ ਇਸ ਤੋਕ ਨੂੰ ਮਾਸ ਖਾਣ ਦੇ ਖੰਡਣ ਲਈ ਵਰਤਨ ਵਾਲਾ ਤਾਂ ਕੋਈ ਪਾਗਲ ਹੀ ਹੋ ਸਕਦਾ ਹੈ ਕਿਤਾਬ ਝਟਕਾ ਪ੍ਰਕਾਸ਼ ਭਾਗ 12ਮ ਲੇਖਕ ਗਿਆਨੀ ਨਰੰჯਨ ਸਿੰਘ ਸਰਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ